ਮੁਸਟੰਡੇ ਨੂੰ ਕੁੜੀ ਛੇੜਨਾ ਬੇਹੱਦ ਭਾਰੀ ਪੈ ਗਿਆ। ਜੀ ਹਾਂ, ਪੁਲਿਸ ਨੇ ਉਸ ਨੂੰ ਅਜਿਹਾ ਸਬਕ ਸਿਖਾਇਆ ਕਿ ਮੋਟਰਸਾਈਕਲ ਚਲਾਉਣ ਵਾਲਾ ਹੁਣ ਤੁਰਨ ਦੇ ਕਾਬਿਲ ਵੀ ਨਹੀਂ ਰਿਹਾ। ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਵਿੱਚ ਕਿ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਮੋਟਰਸਾਈਕਲ 'ਤੇ ਨੌਜਵਾਨ ਇੱਕ ਤੁਰੀ ਜਾਂਦੀ ਕੁੜੀ ਨੂੰ ਛੇੜਦਾ ਹੈ, ਉਸ ਦੇ ਪ੍ਰਾਈਵੇਟ ਪਾਰਟ 'ਤੇ ਹੱਥ ਮਾਰਦਾ ਹੈ ਅਤੇ ਮੋਟਰਸਾਈਕਲ ਨੂੰ ਭਜਾ ਲੈਂਦਾ ਹੈ। ਜਿਸ ਤੋਂ ਬਾਅਦ ਇਹ ਮਾਮਲਾ ਪੁਲਿਸ ਕੋਲ ਪਹੁੰਚ ਗਿਆ। ਤੇ ਜਿਵੇਂ ਹੀ ਮਾਮਲਾ ਪੁਲਿਸ ਕੋਲ ਪਹੁੰਚਿਆ, ਇਹ ਵੀਡੀਓ ਵਾਇਰਲ ਹੋਈ ਤਾਂ ਪੁਲਿਸ ਨੇ ਇਸ ਮੁਸਟੰਡੇ ਦੀ ਭਾਲ ਸ਼ੁਰੂ ਕਰ ਦਿੱਤੀ। ਕੁਝ ਹੀ ਘੰਟਿਆਂ ਵਿੱਚ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਿਸ ਤੋਂ ਬਾਅਦ ਜਦੋਂ ਇਸ ਨੂੰ ਮੀਡੀਆ ਸਾਹਮਣੇ ਪੇਸ਼ ਕੀਤਾ ਗਿਆ ਤਾਂ ਇਹ ਮੁਸਟੰਡਾ ਪੁਲਿਸ ਦੇ ਮੋਢਿਆਂ 'ਤੇ ਨਜ਼ਰ ਆਇਆ। ਜੀ ਹਾਂ, ਇਹ ਤੁਰਨ ਦੇ ਕਾਬਿਲ ਵੀ ਨਹੀਂ ਬਚਿਆ ਸੀ। ਪੁਲਿਸ ਨੇ ਇਸ ਦੀ ਚੰਗੀ ਆਓਭਗਤ ਕੀਤੀ। ਦਰਅਸਲ ਪੂਰਾ ਮਾਮਲਾ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦਾ ਹੈ, ਜਿੱਥੇ ਕਿ ਮੁਹੰਮਦ ਸਲਮਾਨ ਨਾਮ ਦੇ ਇਸ ਮੁਸਟੰਡੇ ਨੇ ਇੱਕ ਕੁੜੀ ਨੂੰ ਛੇੜਿਆ ਸੀ। ਜਦੋਂ ਕੁੜੀ ਪੈਦਲ ਤੁਰੀ ਜਾ ਰਹੀ ਸੀ ਤਾਂ ਪਿੱਛੋਂ ਆਏ ਮੁਹੰਮਦ ਸਲਮਾਨ ਨੇ ਉਸਦੇ ਪ੍ਰਾਈਵੇਟ ਪਾਰਟ 'ਤੇ ਹੱਥ ਮਾਰਿਆ ਅਤੇ ਮੋਟਰਸਾਈਕਲ ਭਜਾ ਲਿਆ। ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਸੀ, ਜਿਸ 'ਤੇ ਕਿ ਹੁਣ ਪੁਲਿਸ ਨੇ ਕਾਰਵਾਈ ਕਰਦਿਆਂ ਇਸ ਮੁਸਟੰਡੇ ਨੂੰ ਨਾ ਸਿਰਫ ਕਾਬੂ ਕੀਤਾ ਹੈ ਸਗੋਂ ਚੰਗਾ ਸਬਕ ਵੀ ਸਿਖਾਇਆ। ਬਿਊਰੋ ਰਿਪੋਰਟ, ਸੈਂਟਰਲ ਪੰਜਾਬ ਟੀਵੀ।